अकाल चैनल नू सब्सक्राइब करो, नवी वीडियोस दी नोटिफिकेशन दे लई बेल आइकन नू क्लिक करना ना भूलना। इस प्रोग्राम दे विच तुहाडा बहुत बहुत स्वागत है। मैं हाँ तुहाडी अपनी रूप दविंदर कौर। अज दे इस स्पैशल प्रोग्राम दे विच असी एक खास गल करनी है। तुसी काफ़ी प्रोग्राम जिहड़े ने लंडन स्टूडियो तो देखते हो, अकाल चैनल दे जिहड़े दर्शक ने ये प्रोग्राम बड़े पसंद करते हैं, पर तुहाडे ज़हन दे विच ये सवाल जरूर आता होगा कि लंडन स्टूडियो है कित्थे, वे किहो जी बिल्डिंग होएगी, कित्थे बह के ये प्रोग्राम करते हैं। तो मैं तुहानू दसदी जावां कि जिहड़ा साडा लंडन का स्टूडियो है ये सिख मिशनरी सोसाइटी के सैकेंड फ्लोर पर है, फैदरस्टोन रोड। तो अज जिहड़ी असी गलबात करनी है, असी सिख मिशनरी सोसाइटी के बारे गल करनी है कि साडा इन्हां दे नाल किन्ना कनैक्शन है, सिख मिशनरी सोसाइटी जिहड़ी है कदों शुरू हुई है, ਇਹ ਕਿਹੜੇ ਕਾਰਜ ਕਰਦੇ ਨੇ, ਇਹ ਕੀ ਹੈ, ਇਹਦੇ ਬਾਰੇ ਗੱਲਬਾਤ ਕਰਨ ਵਾਸਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਦੋ ਮਹਿਮਾਨ ਪਹੁੰਚੇ ਨੇ। ਅਤੇ ਉਹਨਾਂ ਦਾ ਨਾਮ ਹੈ ਜੀ ਸਰਦਾਰ ਗੁਰਬਚਨ ਸਿੰਘ ਅਠਵਾਲ ਜੋ ਕਿ ਖਜ਼ਾਨਚੀ ਨੇ, ਅਤੇ ਨਾਲ ਨਾਲ ਸਰਦਾਰ ਹਰਚਰਨ ਸਿੰਘ ਟਾਂਕ ਜੀ ਜੋ ਕਿ ਜਨਰਲ ਸੈਕਟਰੀ ਹੈਗੇ ਨੇ। ਅਤੇ ਆਓ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਸਰਦਾਰ ਗੁਰਬਚਨ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਇਹ ਸਵਾਲ ਪੁੱਛਣਾ ਚਾਹੁੰਦੀ ਹਾਂ ਕਿ ਸਾਨੂੰ ਸਿੱਖ ਮਿਸ਼ਨਰੀ ਸੁਸਾਇਟੀ ਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿਵੋ ਕਿ ਇਹਦੀ ਸ਼ੁਰੂਆਤ ਕਦੋਂ ਹੋਈ ਸੀ, ਕਿੰਨੇ ਸਾਲਾਂ ਤੋਂ ਇਹ ਸਟੈਬਲਿਸ਼ਡ ਹੋਈ ਹੋਈ ਹੈ। ਸਭ ਤੋਂ ਪਹਿਲਾਂ ਤਾਂ ਭੈਣ ਜੀ ਅਕਾਲ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਥੇ ਮੌਕਾ ਦਿੱਤਾ ਆਪਣੀ ਗੱਲਬਾਤ ਸੰਗਤਾਂ ਤੱਕ ਪਹੁੰਚਾਉਣ ਦਾ, ਅਤੇ ਸਾਰਿਆਂ ਸਰੋਤਿਆਂ ਦਾ ਜਿਹੜੇ ਸੁਣਦੇ ਨੇ ਅਕਾਲ ਚੈਨਲ ਨੂੰ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੁਸਾਇਟੀ ਦਾ ਐਕਚੁਅਲੀ ਇਹ ਜਿਸ ਤਰ੍ਹਾਂ ਇਹਦਾ ਇਹਦੀ ਹਿਸਟਰੀ ਆ, ਉਹ ਇਹ ਆ ਕਿ ਇਹ ਜਦੋਂ 500 ਸਾਲਾਂ ਸੀ ਨਾ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ 1969 ਦੇ ਵਿੱਚ, ਤਿੰਨ ਸੱਜਣ ਸਨ ਜਿਹੜੇ ਕਿ ਇੰਡੀਆ 'ਚ ਟੀਚਰ ਸਨ ਅਤੇ ਇੱਕੋ ਹੀ ਸਕੂਲ 'ਚ ਸਨ ਇੰਡੀਆ 'ਚ। ਉਹਨਾਂ ਦੇ ਨਾਂ ਸੀ ਗੁਰਬਖਸ਼ ਸਿੰਘ, ਗੁਰਬਚਨ ਸਿੰਘ ਅਤੇ ਕਿਰਪਾਲ ਸਿੰਘ ਜੀ। ਇਹ ਕੈਂਟ ਏਰੀਏ ਦੇ ਵਿੱਚ ਵੀ ਟੀਚਰ ਹੀ ਰਹੇ ਨੇ, ਉੱਧਰ ਆਏ ਸੀਗੇ, ਉੱਥੇ ਹੀ ਇੱਕ ਸਕੂਲ 'ਚ ਟੀਚਰ ਸੀਗੇ, ਅਤੇ ਬੜਾ ਉਹਨਾਂ ਦੇ ਵਿੱਚ ਸਿੱਖੀ ਦਾ ਜਜ਼ਬਾ ਸੀਗਾ ਕਿ ਕੁਛ ਕਰਨ ਦਾ। ਉਹ ਆਪੋ 'ਚ ਜਦੋਂ ਵੀ ਕਿਤੇ ਇਕੱਠੇ ਹੁੰਦੇ ਸੀ ਗੱਲਾਂ ਬਾਤਾਂ ਕਰਦੇ, ਗੁਰਦੁਆਰੇ ਜਾਣਾ, ਉਹਨਾਂ ਨੇ ਕਹਿਣਾ ਵੀ ਯਾਰ ਇੱਥੇ ਕੀਰਤਨ ਸੁਣਦੇ ਹਾਂ, ਲੰਗਰ ਛਕਦੇ ਹਾਂ, ਘਰਾਂ ਨੂੰ ਚਲੇ ਜਾਂਦੇ ਹਾਂ, ਵੀ ਜਿਹੜੇ ਸਾਡੀ ਆਉਣ ਵਾਲੀ ਪਨੀਰੀ ਆ ਵੀ ਅਸੀਂ ਉਹਨਾਂ ਲਈ ਕੀ ਕਰੀਏ। ਕੁਛ ਉਹਨਾਂ ਦੇ ਮਨ 'ਚ ਇਹੋ ਜਿਹੇ ਵਿਚਾਰ ਆਉਂਦੇ ਰਹੇ ਜੀ। ਹੋਇਆ ਕੀ ਵੀ ਉਹਨਾਂ ਨੇ ਸਲਾਹ ਕੀਤੀ ਵੀ ਆਪਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ 'ਤੇ 500 ਸਾਲਾਂ ਜਿਹੜਾ ਮਨਾਉਣਾ, ਵੀ ਕੁਛ ਬੱਚਿਆਂ ਨੂੰ ਆਪਣਾ ਮੈਸੇਜ ਦਈਏ। ਉਹਨਾਂ ਦਿਨਾਂ ਦੇ ਵਿੱਚ ਉਹ ਗ੍ਰੇਜ਼ਾਂ ਗੁਰਦੁਆਰੇ ਦੇ ਵਿੱਚ ਜਿਹੜੇ ਸਟੇਜ ਸਕੱਤਰ ਸਨ ਉਹ ਸੀ ਹਨ ਕਾਬਲ ਸਿੰਘ ਸੋਢੀ ਜੀ ਜੀ। ਉਹਨਾਂ ਨਾਲ ਉਹਨਾਂ ਨੇ ਵਿਚਾਰ ਕੀਤੀ ਅਤੇ ਕਾਬਲ ਜੀ ਸੋਢੀ ਜਿਹੜੇ ਕਾਬਲ ਸਿੰਘ ਸੋਢੀ ਸਨ ਉਹ ਉਹਨਾਂ ਨਾਲ ਸਹਿਮਤ ਹੋ ਗਏ। ਇਹਨਾਂ ਨੇ ਫਿਰ ਗੁਰਮਤਾ ਜਿਹਾ ਆਪੋ 'ਚ ਬਣਾ ਕੇ ਇੱਕ ਕਿਤਾਬਚਾ ਜਿਹਾ ਦੇ ਰੂਪ ਦੇ ਵਿੱਚ ਬੱਚਿਆਂ ਨੂੰ ਵੰਡਿਆ, ਜਿਹੜਾ ਕਿ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ ਸੀਗਾ। ਉਹਦਾ ਨਾਂ ਸੀਗਾ ਵੀ ਗੁਰੂ ਨਾਨਕ ਫਾਰ ਚਿਲਡਰਨ। ਅੱਛਾ, ਉਹ ਜਦੋਂ ਵੰਡਿਆ ਮੈਸੇਜ ਜਿਹੜਾ ਵੀ ਲੋਕਾਂ ਤੱਕ ਬੜਾ ਪੋਜ਼ਿਟਿਵ ਗਿਆ ਵੀ ਇਹ ਬਹੁਤ ਵਧੀਆ ਕੰਮ, ਮਤਲਬ ਠੀਕ ਆ, ਕਿਉਂਕਿ ਉਦੋਂ ਪੇਪਰ ਆਮ ਨਹੀਂ ਸਨ ਹੁੰਦੇ, ਕੋਈ ਨਿਊਜ਼ ਪੇਪਰ ਪਤਾ ਨਹੀਂ ਕੋਈ ਉਹਨਾਂ ਦਿਨਾਂ 'ਚ ਹੋਵੇ ਕਿ ਨਾ ਹੋਵੇ, ਲੇਕਿਨ ਇਸ ਤਰ੍ਹਾਂ ਦਾ ਜਿਹੜਾ ਮੈਸੇਜ ਸੀ ਨਾ ਉਹ ਫਿਰ ਉਹਨਾਂ ਨੂੰ ਉਹਦਾ ਬੜਾ ਰਿਸਪੋਂਸ ਮਿਲਿਆ। ਥੋੜ੍ਹੇ ਜਿਹੇ ਸਮੇਂ ਬਾਅਦ ਹੀ ਉਹਨਾਂ ਨੇ ਨਾ ਇੱਕ ਹੋਰ ਬੁੱਕ ਮਤਲਬ ਜਿਹੜੀ ਉਹ ਛਪਾਈ ਵੰਡਣ ਵਾਸਤੇ, ਉਹ ਕੰਮ ਉਹਨਾਂ ਦਾ ਕਾਫੀ ਵੱਧ ਗਿਆ। ਲੋਕਾਂ ਨੇ ਫਿਰ ਬੁੱਕਾਂ ਮੰਗਾਉਣੀਆਂ, ਉਹਨਾਂ ਨੂੰ ਅਪਰੋਚ ਕਰਨਾ ਡੋਨੇਸ਼ਨਾਂ ਦੇ ਰੂਪ 'ਚ, ਕਿਉਂਕਿ ਸੀ ਉਹ ਸਾਰੀ ਫਰੀ ਸੰਸਥਾ ਸਾਰੀ ਹੈਗੀ। ਅਤੇ ਉਹ ਫਿਰ ਉੱਧਰ ਹੀ ਉਹਨਾਂ ਨੇ ਇੱਕ ਦਫ਼ਤਰ ਜਿਹਾ ਛੋਟਾ ਜਿਹਾ ਬਣਾ ਲਿਆ ਜੀ, ਅਤੇ ਕਾਬਲ ਸਿੰਘ ਸੋਢੀ ਹੋਰਾਂ ਦੇ ਘਰ ਹੀ। ਫਿਰ ਉਹ ਬੜੇ ਉਤਸ਼ਾਹ ਨਾਲ, ਮਤਲਬ ਉਹਨਾਂ ਨੇ ਬੜੇ ਸੇਵਾ ਨਾਲ, ਲਗਨ ਨਾਲ ਉਹਨਾਂ ਨੇ ਸੇਵਾ ਕੀਤੀ। ਉਹਨਾਂ ਦੇ ਪਰਿਵਾਰ ਵੀ ਕਰਦੇ ਰਹੇ, ਬੱਚੇ ਵੀ ਕਰਦੇ ਰਹੇ, ਸਕੂਲੋਂ ਆਣ ਕੇ ਪਾਰਸਲ ਬਣਾਉਣ ਲੱਗ ਜਾਣਾ, ਭੇਜਣ ਲੱਗ ਜਾਣਾ ਜਿੱਥੋਂ ਜਿੱਥੋਂ ਕਿਤੇ ਡਿਮਾਂਡ ਆਉਣੀ ਕੋਈ ਬੁੱਕਾਂ ਦੀ ਜੇ। ਅਤੇ ਉਹ ਇੱਕ ਬੜਾ ਨਵਾਂ ਉਪਰਾਲਾ ਸੀ, ਬੜਾ ਵਧੀਆ ਸੀਗਾ। ਇਹਦਾ ਸਿਰਫ ਮੇਨ ਇਹ ਮਕਸਦ ਤਾਂ ਇਹੀ ਸੀਗਾ ਵੀ ਸਿੱਖੀ ਦੇ ਬਾਰੇ ਵੱਧ ਤੋਂ ਵੱਧ ਪ੍ਰਚਾਰ ਕਰਨਾ, ਬੱਚਿਆਂ ਨੂੰ ਇਸ ਪਾਸੇ ਲਾਉਣਾ, ਆਪਣੇ ਧਰਮ ਦੀ ਦੂਰ ਦੁਰਾਡੇ ਜਿਹੜੀ ਆ ਵੀ ਉਹ ਆਵਾਜ਼ ਪਹੁੰਚਾਉਣੀ। ਇਹ ਸੰਨ 1969 ਦੇ ਵਿੱਚ 500 ਸਾਲਾਂ 'ਤੇ ਸ਼ੁਰੂ ਹੋਈ ਜੀ ਜੀ। ਅਤੇ ਉੱਥੇ ਫਿਰ ਉਹ ਤੁਹਾਨੂੰ ਦੱਸਿਆ ਨਾ ਵੀ ਦਫ਼ਤਰ ਜਿਹੜੀ ਸਾਡੀ ਮਤਲਬ ਦਫ਼ਤਰ ਉਹਨਾਂ ਕਾਬਲ ਸਿੰਘ ਸੋਢੀ ਹੋਰਾਂ ਦੇ ਘਰ ਹੀ ਛੋਟਾ ਜਿਹਾ ਬਣਾ ਲਿਆ ਜੀ। ਅਤੇ ਉਦੋਂ ਆਮ ਇੰਨੀ ਮਾਇਕ ਤੌਰ 'ਤੇ ਵੀ ਸਾਡੇ ਲੋਕ ਇੰਨੇ ਜ਼ਿਆਦਾ ਨਹੀਂ ਸਨ, ਅਜੇ ਹੈਰਾਨ ਹੋਏ, ਨਵੇਂ ਸਨ ਆਏ। ਉੱਥੇ ਇਹ ਚੱਲਦੀ ਰਹੀ 79 ਤੱਕ। ਅੱਛਾ ਜੀ, ਉੱਥੇ ਚੱਲਦੀ ਰਹੀ ਹੈ ਜੀ। ਫਿਰ ਇਹ 79 'ਚ
उन्होंने महसूस किया। साढ़े तेजा सिंह मागल जी ने जनरल सैकटरी पहले जोड़े इन्होंने भी बड़ा रोल है। इन्होंने फिर उस दे उद्यम नाल इत्थे 10 नंबर बिल्डिंग खरीदी। अच्छा जी, हाँ जी 79 च फिर उस सोसाइटी जी ग्रेवसैंड जिथे आप बैठे हैं ना फिर इत्थे मूव हुई। इतों फिर इन्होंने एक घर सीगा घर वांगू 10 नंबर जिहड़ा सी ना एक घर लिया। तो 1979 च इत्थे मूव हुई। 80 च इह इत्थे शुरू काम हो गया। तो बाद विच इहदे नाल दा एक घर होर लै लिया 8 नंबर। अच्छा जी, हाँ जी, हुण इह 8 ते 10 दोवें इकट्ठे ने। ज्यों ज्यों हौली हौली इह तरक्की करदे गए अपना साढ़े हुण वर्ल्ड वाइज सारे बहुत मैंबर ने। अगे नहीं तो किसी नूं पता लगना फिर उहने आउणा। सो इस तरह यह जी सोसायटी है ना जी होंद आई तो इस तरह ये साउथ हाल के। सरदार हरचरण सिंह जी, तुम कदों तो जुड़े हुए हो इस सोसायटी के नाम? वाहगुरु जी का खालसा, वाहगुरु जी की फतेह। मैं को पहले 8 साल तो मैं सोसायटी ना जुड़िया। 8 साल तो जी पहला मैं उसका इंडिविजुअल तौर के उत्ते मैं जो सिखी किताबा हैं रख सूप सिंह लग रही वो मैं स्पोंसर करके तो मैं फ्री बनता था गुरुद्वारों में होर सौरना में। लेकिन फिर मैं जो सोसाइटी के मैं पता लगा तो मांगड़ साहब ने मैं प्रेरिया तो मैं इन्होंने प्रेरणा ना ही फिर मैं पहला मैं एजुकेशन सैकटरी बनया इतने के अज तो कोई 6-7 साल पहला तो हूँ पहले 2 साल तो मैं जनरल सैकटरी हाँ। ठीक, बहुत अच्छी गल है कि अच्छा लग रहा थोड़े दोवे वीर गलबात हो रही है। तो मैं थोड़े दोनों को ये पूछना चाहनी हाँ कि वैसे मैं तो खुद जानती हाँ क्योंकि मैं इतने काफ़ी सिखी दे लैक्चर भी देखे ने सुने ने तो मैं पता है कि इतने बच्चों वास्ते भी क्लासिज लगदी ने। पर मैं चाहनी हाँ कि तुम थोड़ा जहा खोल के सानू दसो किड़िया सेवावान जीडिया ने वो इतने तुम प्रदान कर रहे हो बच्चों ने। पहला तो बच्चों पंजाबी नाल जोड़ लई मां बोली नाल जोड़न वास्ते असीं ना हर बुधवार नूं पंजाबी क्लास लाने कीर्तन क्लास लाने तबला क्लास लाने ये 6 बजे तो लैके 7:30 ताईं बुधवार नूं शुरू कीतियां सी। पहला है काफ़ी देर तो शुरू कीतियां है। उस तों बाद असीं जो पहला पहला होर किसी गुरुद्वारे वालों कोई कैंप नहीं सिलाए जाते समर होलीडे असीं एक रेजीडेंशल कैंप लाने 7 साल से कुछ 41 दे करीब कैंप ला चुके अज ताईं सोसाइटी वालों जो पहले किसी ने शुरू सोसाइटी ने पहले शुरू किए थे। हूँ असी पहले साल तो असी जो पंजाबी क्लास बुधवार को लग रही सगिया तो वो असी वाधा किया कि साढ़े को होर डिमांड आई अभी फ्राइडे भी शाम को 6 to 7:30 पंजाबी क्लास लाने जिन्हें काफ़ी साढ़े स्टूडेंट वर्ग है। उस दे नाल नाल ही असी जो अडल्ट है जो बच्चे भी है उन्होंने वास्ते गुरबाणी संथिया गुरबाणी जोड़ना शुद्ध बाणी सिखाने वास्ते असं हर फ्राइडे 6 to 7:30 गुरबाणी संथ्या भी दें। मैं जान सकती हाँ कि किन्ने क बच्चे जड़े ने वो थोड़े तो पंजाबी तबला ते कीर्तन सीख रहे हैं तो किन्ने क एडल्ट्स जड़े ने संथ्या क्लासिज वास्ते आते हैं थोड़ा नंबर भी सानू दस दो। हाँ अडल्ट जड़े है क्योंकि अभी दिसंबर शुरू किया फिर साल वो तो अभी कोई 15 करीब है इस वे जो गुरबाणी संथ्या लेंगे। लेकिन जो बच्चे फ्राइडे वास्ते पहले साल जो बुधवार को क्लास लग रही थी बच्चे उस 20 के करीब बच्चे थे पंजाबी सीखने वाले तो इन्ने क बच्चे मतलब कि कीर्तन सीख रहे थे तो तबला भी सीख रहे थे। हूँ अभी फ्राइडे तो बच्चे कह के बच्चे जोड़े है बुधवार नहीं आ सकते थे उन्होंने वास्ते अभी फ्राइडे क्लास शुरू कीतियाँ। फ्राइडे जो क्लास शुरू कीतियाँ वो छोटे बच्चों तो लैके जो ग्रोन अप बच्चे है जो ए लैवल कर सकते ओ लैवल कर सकते उन्होंने वास्ते भी टीचर रखे है ना उसके वास्ते शुरू की। मैं हुण खजानची साहब नूं सवाल पूछांगी। गुरबचन सिंह जी तुसी सानूं इह दसो कि इह जिहड़ा क्योंकि आपां कोई भी कार्ज करदे आ उहदे विच सानूं पैसे की जरूरत पैंदी है जे असीं टीचर रखदे उन्हां नूं भी आपां पैसे देने हुंदे आ ये फिर की फीस हैगी है जां कुछ इहदे बारे भी तुहानूं दस्सो? नहीं फीस कोई नहीं जी क्लासेज तो सारिया फ्री ने पर सब तो पहला तो मैं ये नाल ये भी एक गल जोड़नी चाहुंदा कि जिहड़ी सोसाइटी है इहदा मोस्ट जिहड़ा हैगा एम है सिक्खी प्रचार अवेयरनैस। सब तो पहला सोसाइटी ने बच्चों की दस्तार कैंप सिक्खी नाल जोड़न वास्ते गुरबाणी नाल जोड़न वास्ते कैंप लाने भी समर होलीडे जिस तरह इन्होंने दस्या किए। हुण जिहड़े कैंप ने हरेक गुरद्वारा भी लाई जांदा इह तां पहलां पहलां कोई सारे यूके सिर्फ सिख समरी सोसाइटी लाउंदी सी 41 साल तक इन्हां ने कैंप लाए ने जिन्हां दी सिक्ख्या संख्या बोर्ड 100-150 हुंदा सी तकरीबन ते हुण हौली हौली घट गई।
बाकी फीस इन्हां दी कोई नहीं जी, इह फ्री आ, इहदे च सारा कुछ डोनेशन ते चलदा। लेकिन जिहड़ियां बुक्स वगैरह ने जां जिहड़े होर आर्टिफैक्ट ने सिक्खी दे, उहनां दे बड़े नॉर्मल जे चार्जेस ने। जे तुसीं कितें इंडिया तों मंगाओ तो सारा खर्चा पा के थोड़ा जिहा नॉर्मल चार्ज ते असीं बुकां दिंदे आ। तकरीबन 35 किस्म दीआं बुकां ने, 35 दे करीब बुकां जिहड़ियां फ्री लिटरेचर आ, जिहदा कोई ये पैसा नहीं चार्ज करते। प्रिजनर दे विच, जेलां दे विच भी ये बुकां जिहड़ियां ने पहलां जांदियां रहियां, बाई पोस्ट जांदियां रहियां। मैं भी प्रिजन सर्विस ते रहा, मैं नाल लैके जांदा रहा टेपां भी, क्योंकि उत्थे गुरबाणी दा होर साधन नहीं ना है जी उहनां नूं, मतलब दसण वास्ते। सो ये पैसा नहीं कोई भी, ना संस्था का कोई पैसा लैंदा, डोनेशन या मर्जी नाल जे कोई दे जावे ते ਉਹ ਜੈਨ ਨੂੰ ਸਭ ਕੁਝ ਡੋਨੇਸ਼ਨ ਤੇ ਚੱਲਦਾ ਇਹਨਾਂ ਦਾ। ਸੋ ਮੈਂ ਇੱਥੇ ਥੋੜਾ ਜਿਹਾ ਕਲੈਰੀਫਿਕੇਸ਼ਨ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਇਸ ਗੱਲ ਨੂੰ ਜਾਣ ਸਕੋ। ਵੈਸੇ ਤਾਂ ਜਿਹੜੇ ਸਾਊਥ ਹੋਲ ਦੇ ਆਲੇ ਦੁਆਲੇ ਦੇ ਲੋਕ ਨੇ ਉਹਨਾਂ ਨੂੰ ਇਸ ਚੀਜ਼ ਬਾਰੇ ਪਹਿਲਾਂ ਹੀ ਨੌਲੇਜ ਹੈਗਾ, ਪਰ ਮੈਂ ਦੱਸਦੀ ਜਾਵਾਂ ਕਿ ਜਿੰਨੀਆਂ ਵੀ ਸਿੱਖੀ ਦੇ ਨਾਲ ਰਿਲੇਟਡ ਚੀਜ਼ਾਂ ਨੇ, ਉਹ ਭਾਵੇਂ ਕਿਤਾਬਾਂ ਨੇ, ਭਾਵੇਂ ਗੁਟਕੇ ਨੇ, ਭਾਵੇਂ ਪੱਗਾਂ ਨੇ, ਤੁਹਾਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਿੱਖ ਮਿਸ਼ਨਰੀ ਸੁਸਾਇਟੀ ਤੋਂ ਮਿਲਦੀਆਂ ਨੇ। ਕੁਛ ਚੀਜ਼ਾਂ ਦੇ ਉੱਪਰ, ਕਿਤਾਬਾਂ ਦੇ ਉੱਪਰ, ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ ਨੋਰਮਲ ਜਿਹਾ ਇੱਕ ਉਹਦਾ ਪ੍ਰਾਈਸ ਹੈਗਾ, ਪਰ ਵੈਸੇ ਇਹ ਜਿਹੜਾ ਕੰਮ ਹੈਗਾ ਇਹ ਡੋਨੇਸ਼ਨ 'ਤੇ ਚੱਲਦਾ। ਇਸ ਦੈਟ ਰਾਈਟ? ਬਿਲਕੁਲ। ਹੋਰ ਇਸ ਤੋਂ ਇਲਾਵਾ ਕਿਹੜੀਆਂ ਸੇਵਾਵਾਂ? ਇੱਥੇ ਵੇਖੋ, ਜਿਹੜਾ ਹੁਣ ਤਾਂ ਅਸੀਂ ਪਿੱਛੇ ਸਾਡੇ ਕੋਲ ਮਾਤਾ ਸਾਹਿਬ ਕੋਲ ਹਾਲ ਬਣਾਇਆ ਸੀ ਜਿਹੜਾ ਨਾ, ਉਹਦੇ ਵਿੱਚ ਵਿਆਹ ਸ਼ਾਦੀ ਦਾ ਵੀ ਪ੍ਰੋਗਰਾਮ ਹੁੰਦਾ, ਅਖੰਡ ਪਾਠ ਵੀ ਲੋਕ ਬੁੱਕ ਕਰਵਾਉਂਦੇ ਨੇ, ਅਤੇ ਸੁਖਮਨੀ ਸਾਹਿਬ ਦੇ ਬੁੱਕ ਪਾਠ ਵੀ ਬੁੱਕ ਹੁੰਦੇ ਨੇ, ਲੋਕ ਬਰਥਡੇ ਵੀ ਆਪਣੇ ਮਨਾਉਂਦੇ ਨੇ। ਇੱਥੇ ਤਾਂ ਲੋਕ ਪ੍ਰੈਫਰ ਕਰਦੇ ਨੇ ਮਨਾਉਣੇ ਬਰਥਡੇ ਅਤੇ ਸੁਖਮਨੀ ਸਾਹਿਬ ਦੇ ਪਾਠ ਅਤੇ ਜਾਂ ਅਖੰਡ ਪਾਠ ਸਾਹਿਬ, ਕਿਉਂਕਿ ਇੰਡੀਪੈਂਡੈਂਟ ਕਿਚਨ ਆ, ਇੱਥੇ ਆਮ ਸੰਗਤ ਤਾਂ ਆਉਂਦੀ ਨਹੀਂ, ਗੁਰਦੁਆਰਿਆਂ ਨੂੰ ਜਿਹੜੀ ਰੈਗੂਲਰ ਸੰਗਤ ਆ ਉਹ ਨਹੀਂ ਆਉਂਦੀ, ਜਿਹਨੇ ਆਪਣਾ ਪ੍ਰੋਗਰਾਮ ਕਰਾਉਣਾ ਉਹਨੇ ਆਉਣਾ। ਅਤੇ ਕਈਆਂ ਪਰਿਵਾਰਾਂ ਨੂੰ ਹੁੰਦਾ ਵੀ ਉਹ ਹੱਥੀਂ ਸੇਵਾ ਕਰਨ, ਅਤੇ ਜੇ ਹੁਣ ਫਰਜ਼ ਕਰੋ ਤੁਸੀਂ ਉਹ ਗੁਰਦੁਆਰਾ ਸਾਹਿਬ ਪਾਠ ਕਰਾਉਣ, ਉੱਥੇ 3-4 ਪਾਠ ਇਕੱਠੇ ਹੁੰਦੇ ਨੇ, ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਕਿਹੜੇ ਬੁੰਗੇ 'ਚ ਸਾਡਾ ਪਾਠ ਚੱਲ ਰਿਹਾ ਜਾਂ ਕਿਵੇਂ ਚੱਲ ਰਿਹਾ, ਜਿੱਦਾਂ ਵੀ ਹੈਗਾ ਮਤਲਬ। ਅਤੇ ਕਿਚਨ ਵੀ ਸਾਂਝੀ ਹੁੰਦੀ ਹੈ ਗੁਰਦੁਆਰਾ ਸਾਹਿਬ 'ਚ, ਕਿਉਂਕਿ ਇੱਥੇ ਇੰਡੀਪੈਂਡੈਂਟ ਕਿਚਨ ਆ, ਉਹਨਾਂ ਨੇ ਆਪ ਲੰਗਰ ਤਿਆਰ ਕਰਨਾ ਕਿਸੇ ਦੀ ਸਹਾਇਤਾ ਨਾਲ ਜਾਂ ਆਪ ਖੁਦ ਪਰਿਵਾਰ ਦੀ ਸਹਾਇਤਾ ਨਾਲ, ਅਤੇ ਆਪ ਹੀ ਪਾਠ ਸੁਣਨਾ ਪਾਠੀਆਂ ਨੂੰ ਕਰਨਾ, ਉਹ ਉਹਨਾਂ ਨੂੰ ਕੋਈ ਸੇਵਾ ਦਾ ਮੌਕਾ ਮੇਰੇ ਖਿਆਲ ਨਾਲ ਚੰਗਾ ਅਤੇ ਸੁਚੱਜਾ ਮਿਲ ਜਾਂਦਾ ਜੀ। ਜਿਸ ਇਹ ਵੀ ਚੱਲਦੇ ਨੇ ਇੱਥੇ ਪ੍ਰੋਗਰਾਮ, ਅਤੇ ਉਹ ਫਿਰ ਜਿਹੜੀ ਡੋਨੇਸ਼ਨ ਹੁੰਦੀ ਆ, ਕੀਰਤਨ ਹੁੰਦਾ, ਉਹ ਸਾਰਾ ਕੁਛ ਉਹਦੇ ਨਾਲ ਹੀ ਇਹ ਸਾਡੇ ਸਾਰੇ ਕੰਮ ਚੱਲਦੇ ਨੇ। ਹਾਂਜੀ। ਤੇ ਮੈਂ ਆਪਣੇ ਦਰਸ਼ਕਾਂ ਨੂੰ ਦੱਸਦੀ ਜਾਵਾਂ ਕਿ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਸਿੱਖ ਮਿਸ਼ਨਰੀ ਸੁਸਾਇਟੀ ਦੇ ਬਾਰੇ। ਜਿਹੜੇ ਸਾਊਥ ਹੋਲ ਦੇ ਆਲੇ ਦੁਆਲੇ ਦੇ ਲੋਕ ਨੇ ਉਹ ਇਸ ਸੁਸਾਇਟੀ ਬਾਰੇ ਜਾਣਦੇ ਨੇ, ਪਰ ਅਸੀਂ ਇਹ ਜਾਣਕਾਰੀ ਸਾਰਿਆਂ ਨੂੰ ਦੇਣਾ ਚਾਹੁੰਦੇ ਹਾਂ, ਇਸ ਕਰਕੇ ਇਹ ਪ੍ਰੋਗਰਾਮ ਕਰ ਰਹੇ ਹਾਂ। ਇੱਕ ਛੋਟੀ ਜਿਹੀ ਬ੍ਰੇਕ ਦਾ ਵਕਤ ਹੈ, ਉਸ ਤੋਂ ਬਾਅਦ ਆਉਂਦੇ ਹਾਂ, ਗੱਲਬਾਤ ਇਸੇ ਤਰ੍ਹਾਂ ਹੀ ਜਾਰੀ ਰਹੇਗੀ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈੱਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਪ੍ਰੋਗਰਾਮ ਦੇ ਦੂਸਰੇ ਭਾਗ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹੈ ਤੁਹਾਡੀ ਆਪਣੀ ਰੂਪ ਦਵਿੰਦਰ ਕੌਰ। ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਅਸੀਂ ਖਾਸ ਗੱਲਬਾਤ ਕਰ ਰਹੇ ਹੈਗੇ ਹਾਂ ਸਿੱਖ ਮਿਸ਼ਨਰੀ ਸੁਸਾਇਟੀ ਦੇ ਬਾਰੇ, ਅਤੇ ਸਿੱਖ ਮਿਸ਼ਨਰੀ ਸੁਸਾਇਟੀ ਦਾ ਜਿਹੜਾ ਮਿਸ਼ਨ ਹੈ, ਉਸ ਦੀਆਂ ਸੇਵਾਵਾਂ ਨੇ, ਅਸੀਂ ਉਹਦੇ ਬਾਰੇ ਗੱਲਬਾਤ ਕਰ ਰਹੇ ਹਾਂ। ਕਿ ਪ੍ਰੋਗਰਾਮ ਦੇ ਪਹਿਲੇ ਹਿੱਸੇ 'ਚ ਅਸੀਂ ਦੱਸ ਚੁੱਕੇ ਹਾਂ ਕਿ ਕਿਸ ਤਰ੍ਹਾਂ ਸਿੱਖੀ ਦੇ ਨਾਲ ਰਿਲੇਟਡ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੇ ਉਪਲਬਧ ਹੈਗੀਆਂ ਨੇ, ਚਾਹੇ ਉਹ ਆਪਾਂ ਗੁਟਕਿਆਂ ਦੀ ਗੱਲ ਕਰੀਏ, ਚਾਹੇ ਅਸੀਂ ਕਿਤਾਬਾਂ ਦੀ ਗੱਲ ਕਰੀਏ ਸਿੱਖ ਲਿਟਰੇਚਰ ਦੇ ਨਾਲ ਸੰਬੰਧਿਤ ਜਾਂ ਹਿਸਟਰੀ ਦੇ ਨਾਲ ਸੰਬੰਧਿਤ, ਜਾਂ ਕੜੇ ਹੋ ਗਏ ਜਾਂ ਪੱਗਾਂ ਹੋ ਗਈਆਂ, ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਇੱਥੇ ਮਿਲਦੀਆਂ ਨੇ। ਅਤੇ ਨਾਲ ਮਾਤਾ ਸਾਹਿਬ ਕੌਰ ਜਿਹੜਾ ਹਾਲ ਹੈਗਾ ਉਹਦੇ ਵਿੱਚ ਵੀ ਜਿਹੜੇ ਸਿੱਖ ਸੰਗਤਾਂ ਨੇ ਉਹ ਆਪਣੇ ਪ੍ਰੋਗਰਾਮ ਕਰਵਾ ਸਕਦੀਆਂ ਨੇ। ਸੋ ਇੱਕ ਵਾਰ ਫਿਰ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਸਰਦਾਰ ਗੁਰਬਚਨ ਸਿੰਘ ਅਟਵਾਲ ਜੀ, ਅਤੇ ਨਾਲ ਨਾਲ ਸਰਦਾਰ ਹਰਚਰਨ ਸਿੰਘ ਟਾਂਕ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਬੜੀ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਸਟੂਡੀਓ ਦੇ ਵਿੱਚ ਆਏ ਹੋ ਔਰ ਇਹ ਗੱਲਾਂ ਕਰ ਰਹੇ ਹੋ। ਤੁਸੀਂ ਮੇਰਾ ਪ੍ਰੋਗਰਾਮ ਪੰਜਾਬੀ ਵਿਰਸਾ ਦੇਖਦੇ ਹੋ, ਅਤੇ ਉਹਦੇ ਵਿੱਚ ਵੀ ਤੁਸੀਂ ਜਾਣਦੇ ਹੋ ਕਿ ਅਸੀਂ ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਹਾਂ, ਆਪਣੇ ਸੱਭਿਆਚਾਰ, ਆਪਣੇ ਵਿਰਸੇ, ਆਪਣੇ ਧਰਮ ਦੀ ਗੱਲ ਕਰਦੇ ਹਾਂ ਕਿ ਕਿਵੇਂ ਅਸੀਂ ਆਪਣੇ ਬੱਚਿਆਂ ਨੂੰ ਜੋੜਨਾ ਹੈ, ਕਿਵੇਂ ਜੋੜਨਾ ਹੈ। ਮਾਂ ਬਾਪ ਨੂੰ ਕਿੰਨੀ ਸਮੱਸਿਆ ਆਉਂਦੀ ਹੈ ਕਿ ਬੱਚੇ ਪੰਜਾਬੀ ਨਹੀਂ ਬੋਲਦੇ ਜਾਂ ਸਾਡੇ ਧਰਮ ਬਾਰੇ ਉਹਨਾਂ ਨੂੰ ਨੌਲੇਜ ਨਹੀਂ ਹੈਗਾ, ਅਤੇ ਜਿਹੜੀਆਂ ਤੁਸੀਂ ਸਾਨੂੰ ਗੱਲਾਂ ਦੱਸੀਆਂ ਨੇ ਉਹਦੇ ਵਿੱਚ ਇਹ ਤੁਸੀਂ ਦੱਸਿਆ ਕਿ ਕੋਈ ਬਹਾਨਾ ਨਹੀਂ ਹੈਗਾ, ਤੁਸੀਂ ਇੱਥੇ ਆ ਕੇ
कीर्तन भी सीख सकते हो, तुम पंजाबी भी सीख सकते हो और कोई फीस भी नहीं है। ठीक है, तो ये एक किस्म नाल एक एडा वड्डा प्लेटफॉर्म हैगा जिहड़ा तुसी दित्ता हैगा। इस तो इलावा कोई होर चीज़ आपां मिस कर गए होईए, होर कीड़ियां सेवावां? और मैं बच्चों वास्ते असीं जो बच्चों नूं इनकरेज करन वास्ते असीं बच्चों दे कंपीटीशन करते हैं, ऐसे कंपीटीशन कीर्तन कंपीटीशन ते रिलीजियस प्रोग्राम करते हैं। बच्चे कीर्तन करते आ, कंपीटीशन बच्चों का हुंदा, उन्होंने इनाम दे रहे। बाकी इस तों इलावा जो थोड़े ग्रोन अप हैगे उन्हां वास्ते सैमीनार करते हैं, जो हिस्ट्री वास्ते जां उन्होंने अपने होर कल्चर वास्ते जाणू कराउण वास्ते उन्हां बारे सैमीनार रखते हैं, जो उहदे साडे के प्रचारक हैं उन्हां राहीं असीं लैक्चर भी अरेंज करते हैं जो इंपोर्टेंट टॉपिक उन्हां बारे। तो इस तों इलावा असीं होर सोच रहे हैं, असीं हुण कहां कि जिहड़े ग्रोन अप हैगे अपने जो प्रोफेशनल हैगे उन्हां वास्ते असीं खास प्रोग्राम शुरू करना चाहते हैं, कि जिहड़े साडे कोई जगह है नहीं सी पहलां ते हुण बन जाएगी जगह, तो उन्हां वास्ते असीं जो प्रोफेशनल हैगे खास टॉपिक रख के सैमीनार करके डिस्कशन प्रोग्राम शुरू करना चाहते हैं, ताकि वो अपने विचार रख सकन। बहुत ही वधिया उपराला हैगा, क्योंकि मैं खुद कई बार मैनू वैसे आइडिया नहीं सी पहला कि माता साहिब कौर जिहड़ा हॉल हैगा वह सिख मिशनरी दा सोसाइटी दा हॉल है। मैं खुद इत्थे काफ़ी लैक्चर्स जिहड़े ने ਉਹ ਅਟੈਂਡ ਕੀਤੇ ਨੇ। ਮੈਨੂੰ ਪਤਾ ਕਿ ਜਦੋਂ ਵੀ ਪੰਜਾਬ ਤੋਂ ਜਾਂ ਕਿਤੋਂ ਬੁਲਾਰੇ ਆਉਂਦੇ ਨੇ, ਸਿੱਖ ਬੁਲਾਰੇ ਆਉਂਦੇ ਨੇ, ਤੇ ਉਹਨਾਂ ਨੂੰ ਇੱਥੇ ਬੁਲਾਇਆ ਜਾਂਦਾ ਹੈ, ਸੰਗਤ ਆਉਂਦੀ ਹੈ, ਬੈਠਦੀ ਹੈ, ਉਹਨਾਂ ਦੇ ਵਿਚਾਰ ਸੁਣਦੀ ਹੈ। ਇਹ ਇੱਕ ਕਿਸਮ ਨਾਲ ਇੱਕੋ ਹੱਬ ਹੈ, ਇੱਕੋ ਪਲੇਟਫਾਰਮ ਹੈ ਜਿੱਥੇ ਸਿੱਖ ਸੰਗਤ ਜਿਹੜੀ ਆ ਉਹ ਇਕੱਠੇ ਹੋ ਕੇ ਆਪਣੇ ਵਿਚਾਰ ਵਟਾਂਦਰੀ ਵੀ ਕਰ ਸਕਦੇ। ਹੁਣ ਇਸ ਸਾਲ ਜਿਸ ਤਰ੍ਹਾਂ ਜਥੇਦਾਰ ਸਾਹਿਬ ਆਏ ਸੀ ਕਰ ਸਕਦੇ, ਅਸੀਂ ਸਿੱਖ ਸੋਸਾਇਟੀ ਬੁਲਾਇਆ ਇੱਥੇ, ਉਹਨਾਂ ਨੂੰ ਜੋ ਪੰਥ ਦੇ ਮਸਲੇ ਹਨ ਉਹਨਾਂ ਬਾਰੇ ਅਸੀਂ ਉਹਨਾਂ ਨੂੰ ਜਾਣੂ ਕਰਵਾਇਆ ਔਰ ਯਾਰ ਪੱਤਰ ਵੀ ਦਿੱਤਾ। ਉਹਨਾਂ ਨੇ ਵਿਚਾਰ ਉਹਨਾਂ ਨੇ ਸੁਣੇ, ਜਿਹੜੇ ਆਪਣੇ ਸੰਗਤ ਆਈ ਸੀ ਉਹਨਾਂ ਨੇ ਪ੍ਰਸ਼ਨ ਵੀ ਪੁੱਛੇ ਉਹਨਾਂ ਕੋਲੋਂ, ਉਹਨੇ ਆਨਸਰ ਵੀ ਦਿੱਤੇ। ਇਸੇ ਤਰ੍ਹਾਂ ਹੀ ਅਸੀਂ ਉਹਨੇ ਜਿਹੜੇ ਹੋਰ ਜੋ ਅੱਗੇ ਪ੍ਰਚਾਰਕ ਹਨ ਉਹਨਾਂ ਨੇ ਜੋ ਅਸੀਂ ਲੈਕਚਰ ਕਰਾਉਂਦੇ ਹਾਂ, ਸੈਮੀਨਾਰ ਕਰਦੇ ਹਾਂ, ਜਿਸ ਤਰ੍ਹਾਂ ਜਥੇਦਾਰ ਹਰਮਿੰਦਰ ਸਿੰਘ ਹੈਗੇ ਆ ਇੱਥੇ, ਉਹ ਬੀਬੀ ਕਿਰਨਪ੍ਰੀਤ ਕੌਰ ਹੈਗੇ, ਉਹ ਸਾਡੇ ਉੱਘੇ ਲੈਕਚਰਾਰ ਹੁੰਦੇ ਆ, ਪ੍ਰਚਾਰਕ ਹੁੰਦੇ ਹੈ। ਇਹਨਾਂ ਦੇ ਨਾਲ ਨਾਲ ਜੋ ਅਸੀਂ ਸਾਡੇ ਹੋਰ ਪ੍ਰੋਗਰਾਮ ਹੈਗੇ ਆ ਰਿਲੀਜੀਅਸ ਪ੍ਰੋਗਰਾਮ, ਜਿੱਦਾਂ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਉਤਸਵ ਮਨਾਉਣਾ, ਹੁਣ ਇਸ ਸਾਲ ਅਸੀਂ ਗੁਰੂ ਨਾਨਕ ਦੇਵ ਦਾ 550ਵਾਂ ਸਾਲਾ ਮਨਾਇਆ। ਇਸ ਦੇ ਨਾਲ ਨਾਲ ਹੀ ਸਿੱਖ ਮਿਸ਼ਨ ਸੋਸਾਇਟੀ 50ਵੀਂ ਬਰੇਗੰਢ ਸੀ, ਉਹ 50ਵੀਂ ਗ੍ਰਹਿਗੰਢ ਜਦੋਂ ਮਨਾਈ ਅਸੀਂ, ਅਤੇ ਜਿੰਨੇ ਸਾਡੇ ਸੇਵਾਦਾਰ ਸੀ ਸ਼ੁਰੂ ਤੋਂ ਜੁੜੇ ਹੋਏ ਸੋਸਾਇਟੀ ਨਾਲ, ਉਹਨਾਂ ਨੂੰ ਅਸੀਂ ਮਨ ਉਹਨਾਂ ਨੂੰ ਸਨਮਾਨਿਤ ਕੀਤਾ ਔਰ ਖਾਸ ਬਰੋਸ਼ਰ ਬਣਾਇਆ ਇੱਕ ਅਸੀਂ। ਹਾਂਜੀ, 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 ਉਹਨਾਂ ਨੂੰ ਦਿੱਤਾ, ਉਹਨਾਂ ਨੂੰ ਅਸੀਂ ਰਿਕੋਗਨਾਈਜ਼ ਕੀਤਾ ਉਹਨਾਂ ਨੇ ਸੇਵਾ ਦਾ। ਇਸੇ ਤਰ੍ਹਾਂ ਹੀ ਅਸੀਂ ਜੋ ਗੁਰੂ ਸਿੰਘ ਮਹਾਰਾਜ ਦਾ ਪ੍ਰਕਾਸ਼ ਉਹ ਮਨਾਉਂਦੇ ਹੈਗੇ ਹਾਂ, ਬੱਚੇ ਸਾਰੇ ਇਨਵੋਲਵ ਹੁੰਦੇ ਆ, ਬੱਚਿਆਂ ਨੂੰ ਪ੍ਰਾਈਜ਼ ਵੀ ਦਿੰਦੇ ਹਾਂ, ਜੋ ਧਾਰਮਿਕ ਪ੍ਰੋਗਰਾਮ ਤਾਂ ਅਸੀਂ ਸਾਰੇ ਮਨਾਉਂਦੇ ਹਾਂ ਜੀ, ਉਹ ਤਾਂ ਗੁਰੂ ਸਾਹਿਬਾਂ ਦੇ ਜਿੰਨੇ ਵੀ ਜਨਮ ਦਿਨ ਹੁੰਦੇ ਨੇ, ਗੁਰੂ ਨਾਨਕ ਦਾ, ਗੁਰੂ ਗੋਬਿੰਦ ਸਿੰਘ ਦਾ ਮਨਾਉਂਦੇ ਹਾਂ, ਸਾਰੇ ਮਨਾਉਂਦੇ ਹਾਂ। ਬੇਸਿਕ ਗੱਲ ਇਹ ਆ ਵੀ ਅਸੀਂ ਕੋਈ ਸਾਡੀ ਕੋਈ ਪੋਲੀਟੀਕਲੀ ਇਨਵੋਲਵਮੈਂਟ ਨਹੀਂ ਹੈ ਇੰਡੀਆ 'ਚ ਕਿਸੇ ਕਿਸਮ ਦੀ, ਲੇਕਿਨ ਉੱਥੇ ਜਦੋਂ ਕੋਈ ਧਾਰਮਿਕ ਗੱਲ ਹੁੰਦੀ ਆ ਸਿੱਖ ਮਿਸ਼ਨਰੀ ਸੁਸਾਇਟੀ ਆਪਣੇ ਵੱਲੋਂ ਮਤਾ ਪਾਸ ਕਰਕੇ ਉਹਨਾਂ ਨੂੰ ਭੇਜਦੀ ਆ। ਜਿਵੇਂ ਹੁਣ ਕਿਸਾਨਾਂ ਦਾ ਮਸਲਾ ਆ, ਅਸੀਂ ਅਕਾਲ ਤਖ਼ਤ ਨੂੰ ਆਪਣੀ ਚਿੱਠੀ ਪਾਈ ਆ ਵੀ ਸਾਡੇ ਆਹ ਵਿਚਾਰ ਨੇ। ਇਸੇ ਤਰ੍ਹਾਂ ਹੀ ਜਦੋਂ ਪਿੱਛੇ ਆਪਣਾ ਮਸਲਾ ਹੋਰ ਸੀ, ਆਪਣਾ ਕਰਤਾਰਪੁਰ ਦਾ ਲਾਂਘੇ ਦਾ ਸੀ, ਅਸੀਂ ਉਹਦੀ ਅਸੀਂ ਸਪੋਰਟ ਕੀਤੀ ਆ। ਬਾਕੀ ਇੱਥੇ ਜਿਹੜੇ ਵੀ ਜਿੰਨੇ ਵੀ ਜਿਹੜੇ ਵੀ ਕੋਈ ਚੰਗਾ ਬੰਦਾ ਇੰਡੀਆ ਤੋਂ ਸਿੱਖੀ ਨੂੰ ਲੀਡਿੰਗ ਸਿੱਖ ਆਉਂਦਾ, ਅਸੀਂ ਉਹਨਾਂ ਨੂੰ ਸਨਮਾਨਿਤ ਕਰਦੇ ਹਾਂ, ਸੱਦਦੇ ਹਾਂ, ਪ੍ਰੋਗਰਾਮ ਬਣਾਉਂਦੇ ਹਾਂ। ਇਹ ਕੋਈ ਸਾਡਾ ਕੋਈ ਪੋਲੀਟੀਕਲ ਨਹੀਂ, ਸਿਰਫ ਰਿਲੀਜੀਅਸ ਦੇ ਨਾਲ ਕੰਸਰਨ ਹੈਗਾ। ਯਾਨੀ ਸਿੱਖ ਮਿਸ਼ਨਰੀ ਸੁਸਾਇਟੀ ਜਿਹੜੀ ਹੈ ਇਹ ਸਮੂਹ ਸਿੱਖਾਂ ਦੀ ਆਵਾਜ਼ ਦਾ ਕੰਮ ਕਰਦੀ ਹੈ। ਤੁਸੀਂ ਆਪਣੀ ਆਵਾਜ਼ ਜਿਹੜੀ ਹੈ ਇੱਥੋਂ ਬੁਲੰਦ ਕਰਕੇ ਉਹਨੂੰ ਚਿੱਠੀ ਦੇ ਰੂਪ ਦੇ ਵਿੱਚ ਪ੍ਰਧਾਨ ਮੰਤਰੀ ਤੱਕ ਲੈ ਕੇ ਅਕਾਲ ਤਖ਼ਤ ਤੱਕ ਤੁਸੀਂ ਆਪਣੀ ਆਵਾਜ਼ ਜਿਹੜੀ ਹੈ ਉਹ ਭੇਜਦੇ। ਜਿਹੜੇ ਨੌਜਵਾਨ ਹੁਣ ਆਪਣੇ ਗੁਰਸਿੱਖ ਨੇ ਆਪਣੇ ਬੱਚੇ, ਅਸੀਂ ਇੱਥੇ ਸਰਬਲੋਹ ਦੇ ਸਾਰੇ ਭਾਂਡੇ ਵੀ ਮਤਲਬ ਦਿੰਦੇ ਹਾਂ, ਬਾਟੇ ਸਰਬਲੋਹ ਦੇ ਜਿਹੜੇ ਨੇ ਆਮ ਤੁਹਾਨੂੰ ਦੁਕਾਨਾਂ ਤੋਂ ਨਹੀਂ ਮਿਲਣਗੇ ਸਾਡੇ ਕੋਲੋਂ, ਜਿਹੜੀ ਚੀਜ਼ ਮਰਜ਼ੀ ਤੁਸੀਂ ਸਿੱਖੀ ਨਾਲ ਬਿਲੋਂਗ ਕੋਈ ਵੀ ਚੀਜ਼ ਸਾਡੇ ਕੋਲ ਚੀਜ਼ ਲਾ ਲਓ, ਸ੍ਰੀ ਸਾਹਿਬ ਛੋਟੀ ਤੋਂ ਵੱਡੀ, ਗੁਟਕਾ, ਅੰਗਰੇਜ਼ੀ, ਪੰਜਾਬੀ, ਉਰਦੂ 'ਚ ਵੀ ਹੈਗੇ ਨੇ, ਉਰਦੂ ਤਾਂ ਬਹੁਤ ਪੁਰਾਣੀ ਹੈ, ਸਾਰੀ ਕੋਈ ਲੈਂਗੁਏਜ ਬੈਨ ਨਹੀਂ, ਕਿਉਂਕਿ ਉਰਦੂ ਤਾਂ ਪਹਿਲਾਂ ਲੈਂਗੁਏਜ ਉਰਦੂ ਹੁੰਦੀ ਸੀ ਪੰਜਾਬ ਪਾਕਿਸਤਾਨ ਬਣਨ ਤੋਂ ਪਹਿਲਾਂ ਲੋਕ ਪੰਜਾਬੀ ਦੇ, ਤਾਂ ਉਹ ਸਾਰੇ ਮਿਲਦੇ ਨੇ। ਹੁਣ ਇੰਗਲਿਸ਼ 'ਚ ਵੀ ਗੁਟਕੇ ਨੇ ਸਾਡੇ ਕੋਲ, ਉਹਨਾਂ ਦਾ ਟ੍ਰਾਂਸਲੇਟ, ਬੜੇ ਨੌਜਵਾਨ ਮੁੰਡੇ ਆਉਂਦੇ ਨੇ ਜਦੋਂ ਮੰਗਦੇ ਨੇ ਸਾਨੂੰ ਸੁਖਮਨੀ ਸਾਹਿਬ ਦਾ ਗੁਟਕਾ ਚਾਹੀਦਾ ਜਿਹਦਾ ਇੰਗਲਿਸ਼ ਟ੍ਰਾਂਸਲੇਟ ਨਹੀਂ, ਇੰਗਲਿਸ਼ ਸਪਰੇਟ ਹੋਵੇ, ਤਾਂ ਇਸ ਕਰਕੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਬੱਚੇ ਹੁਣ ਆਉਂਦੇ ਨੇ। ਸਾਰੀ ਹਰੇਕ ਚੀਜ਼ ਤਕਰੀਬਨ
ਅਸੀਂ ਕਵਰ ਕਰਦੇ ਹਾਂ ਸਿੱਖੀ ਦੇ ਨਾਲ, ਜੇ ਕੋਈ ਰਹਿ ਸਾਡੇ ਨਾ ਮਨ 'ਚ ਹੋਏ ਅਸੀਂ ਉਹਦਾ ਫਟਾਫਟ ਉਹਦਾ ਵਿਆਹ ਸ਼ਾਦੀਆਂ ਦੇ ਨਾਲ ਨਾਲ ਥੋੜ੍ਹਾ ਜਿਹਾ ਪਾਰਕਿੰਗ ਦੀ ਵੀ ਸਾਡੇ ਕੋਲ ਫੈਸਿਲਿਟੀ ਹੈਗੀ ਆ, ਜੇ ਕੋਈ ਗੱਡੀ ਕਿਸੇ ਦੀ ਖੜੀ ਕਰਨੀ ਉਹਦੇ ਪਿੱਛੇ ਪਾਰਕਿੰਗ ਵੀ ਸਾਡੇ ਕੋਲ ਹੈਗੀ ਆ। ਇਹ ਸਾਰੇ ਪ੍ਰੋਗਰਾਮਾਂ ਨੂੰ ਵੇਖਦਿਆਂ ਸਾਰ ਭੈਣ ਜੀ ਵੀ ਡਿਮਾਂਡ ਵਧੀ ਜਾਂਦੀ ਕਰਕੇ ਨਾ ਸਾਡਾ ਮਨ ਹੈ ਵੀ ਅਸੀਂ ਇੱਕ ਨੂੰ ਜਗ੍ਹਾ ਨੂੰ ਹੋਰ ਤਾਂ ਹੁਣ ਖਰੀਦ ਨਹੀਂ ਸਕਦੇ, ਇੱਥੇ ਲਾਗੇ ਕੋਈ ਹੈ ਨਹੀਂ ਖਾਲੀ, ਉਸੇ ਨੂੰ ਡਬਲ ਕਰਨ ਦੀ ਕੋਸ਼ਿਸ਼ ਅਸੀਂ ਕੀਤੀ, ਜਿਹਦੇ ਵਿੱਚ ਕਿ ਸੰਗਤਾਂ ਦਾ ਬੜਾ ਹੰਗਾਰਾ। ਤੁਹਾਨੂੰ ਪਤਾ ਵੀ ਸਿੱਖ ਸੰਗਤ ਬੜੀ ਦਿਆਲੂ ਅਤੇ ਬੜੀ ਇਹ ਸ਼ਰਧਾਵਾਨ ਨੇ, ਇਹਨਾਂ ਦੇ ਵਿੱਚ ਫੰਡ ਦੀ ਕੋਈ ਕਮੀ ਨਹੀਂ ਹੁੰਦੀ, ਇਹ ਜਦੋਂ ਕਿਤੇ ਮਾੜਾ ਜਿਹਾ ਤੁਸੀਂ ਇਹਨਾਂ ਨੂੰ ਦੱਸੋ ਵੱਧ ਚੜ ਕੇ ਹਿੱਸਾ ਪਾਉਂਦੇ ਨੇ। ਅਤੇ ਮੈਂ ਇੱਥੇ ਇੰਨਾ ਜ਼ਰੂਰ ਦਰਖਵਾਸਤ ਵੀ ਕਰਾਂਗੀ, ਇੱਕ ਅਪੀਲ ਵੀ ਕਰਾਂਗੀ, ਰਿਕੁਐਸਟ ਵੀ ਕਰਾਂਗੀ, ਕਿਉਂਕਿ ਅਕਸਰ ਕਿਉਂਕਿ ਮੈਨੂੰ ਵੀ ਇਸ ਫੀਲਡ ਦੇ ਵਿੱਚ ਬਹੁਤ ਟਾਈਮ ਹੋ ਗਿਆ ਅਤੇ ਕਈ ਵਾਰੀ ਲੋਕ ਇਹ ਕਹਿੰਦੇ ਨੇ ਜੀ ਸਾਡੇ ਕੋਲ ਪਲੈਟਫਾਰਮ ਨਹੀਂ। ਹੁਣ ਪਲੈਟਫਾਰਮ ਦੀ ਤਾਂ ਕੋਈ ਕਮੀ ਨਹੀਂ ਹੈਗੀ, ਦੇਖੋ ਜੇ ਤੁਹਾਨੂੰ ਪਲੈਟਫਾਰਮ ਮਿਲ ਰਿਹਾ, ਤੁਹਾਡੇ ਬੱਚਿਆਂ ਨੂੰ ਫਰੀ ਐਜੂਕੇਸ਼ਨ ਮਿਲ ਰਹੀ ਹੈ ਇੱਥੇ, ਤੁਹਾਨੂੰ ਬੱਚਿਆਂ ਨੂੰ ਕੀਰਤਨ ਸਿਖਾਇਆ ਜਾ ਰਿਹਾ, ਤਬਲਾ ਸਿਖਾਇਆ ਜਾ ਰਿਹਾ, ਸਿੱਖ ਹਿਸਟਰੀ ਤੁਸੀਂ ਇੱਥੇ ਆ ਕੇ ਕਿਤਾਬਾਂ ਲੈ ਸਕਦੇ ਹੋ, ਜੇ ਇੰਨਾ ਕੁਛ ਇੱਥੇ ਮਿਲ ਰਿਹਾ ਹੈਗਾ, ਗਿਆਨ ਦਾ ਸਾਗਰ ਇੱਥੇ ਵਹਿ ਰਿਹਾ, ਅਤੇ ਮੈਂ ਇੱਥੇ ਦਰਖਾਸਤ ਕਰਾਂਗੀ ਸਿੱਖ ਸੰਗਤਾਂ ਨੂੰ, ਪੰਜਾਬੀ ਸੰਗਤਾਂ ਨੂੰ, ਕਿ ਉਹ ਸਿੱਖ ਮਿਸ਼ਨਰੀ ਸੁਸਾਇਟੀ ਦੀ ਵੱਧ ਚੜ੍ਹ ਕੇ ਮਦਦ ਕਰਨ। ਕੁਛ ਫੋਟੋਜ਼ ਮੈਂ ਦੇਖ ਰਹੀ ਸੀ ਵੀ ਜਿਵੇਂ ਤੁਸੀਂ ਦੱਸਿਆ, ਅਤੇ ਪਿੱਛੇ ਵੀ ਆਪਾਂ ਫੋਟੋ ਦੇਖ ਰਹੇ ਹਾਂ ਕਿ ਬਿਲਡਿੰਗ ਦਾ ਕੰਮ ਹੋ ਰਿਹਾ ਹੈ। ਹਾਂਜੀ ਹਾਂਜੀ, ਉਹਨੂੰ ਫਿਰ ਸੰਗਤ ਦੀ ਡਿਮਾਂਡ ਕਰਕੇ ਇਹ ਕਾਫੀ ਚਿਰਾਂ ਦੀ ਪਲੈਨ ਸੀ, ਪਹਿਲਾਂ ਅਸੀਂ ਪਲੈਨ ਪਾਈ, ਪਲੈਨ ਮਨਜ਼ੂਰ ਹੋਈ, ਫਿਰ ਉਹਨੂੰ ਅਸੀਂ ਚਾਰ ਐਸਟੀਮੇਟ ਲਏ, ਸਾਨੂੰ ਜਿਹੜਾ ਕੋਈ ਸਭ ਤੋਂ ਵਧੀਆ ਸਸਤਾ ਲੱਗਾ, ਜਿਹਨੇ ਛੇਤੀ ਬਣਾਉਣੀ। ਡਬਲ ਸਟੋਰੀ ਕਰ ਰਹੇ ਹਾਂ ਜੀ ਅਸੀਂ ਇਹਨੂੰ, ਅਤੇ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਵੀ ਉਹ ਡਬਲ ਸਟੋਰੀ ਸਾਡੇ ਕੋਲ ਜਗ੍ਹਾ ਜ਼ਿਆਦਾ ਹੋਏਗੀ, ਫਿਰ ਪ੍ਰੋਗਰਾਮ ਵੀ ਪੰਜਾਬੀ ਕਲਾਸਿਸ ਇੰਨੀਆਂ ਵੱਧ ਗਈਆਂ ਸੀਗੀਆਂ, ਸੋ ਜਗ੍ਹਾ ਅਸੀਂ ਲੰਗਰ ਹਾਲ ਚਲਾਉਂਦੇ ਸੀਗੇ, ਕਈ ਵਾਰੀ ਪ੍ਰੋਗਰਾਮ ਹੁੰਦਾ ਸੀ ਤਾਂ ਬੜੀ ਮੁਸ਼ਕਲ ਆ ਜਾਂਦੀ ਸੀਗੀ, ਇਸ ਕਰਕੇ ਸਾਨੂੰ ਬਹੁਤ ਲੋੜ ਸੀਗੀ ਹੋਰ ਥਾਂ ਬਣਾਉਣ ਦੀ, ਅਤੇ ਗੁਰਬਾਣੀ ਸੰਥਿਆ ਦੇ ਵਾਸਤੇ ਸ਼ੁਰੂ ਕੀਤੀ ਹੈਗੀ ਆ, ਉਹ ਸੈਮੀਨਾਰ ਵੀ ਸ਼ੁਰੂ ਕੀਤੇ ਆ, ਇਸ ਕਰਕੇ ਅਸੀਂ ਇਹ ਜਦੋਂ ਕੰਸਟਰਕਸ਼ਨ ਕੰਮ ਸਮਾਂ ਭੈਣ ਜੀ ਇਸ ਤਰ੍ਹਾਂ ਦਾ ਹੁਣ ਮਾੜਾ ਆ ਗਿਆ, ਲੇਕਿਨ ਕੋਵਿਡ-19 ਕਰਕੇ ਸਾਰੇ ਲੋਕ ਘਰਾਂ 'ਚ ਬੈਠੇ ਨੇ, ਅਤੇ ਕੋਈ ਬੈਂਕ ਸਾਰਾ ਕੁਛ ਵੀ ਮਤਲਬ ਤਕਰੀਬਨ ਠਾਪਿਆ, ਇਹਦੇ ਬਾਰੇ ਤਾਂ ਮੈਨੂੰ ਬੋਲਿਆ ਦੱਸਣ ਦੀ ਲੋੜ ਨਹੀਂ ਗੀ, ਅਤੇ ਜਿਸ ਕਰਕੇ ਕਾਫੀ ਮੁਸ਼ਕਲ ਹੋ ਗਿਆ, ਉਹਦੇ ਕਰਕੇ ਸਾਰਾ ਨਾ ਫੰਡਸ ਦਾ ਤੱਕ ਤਕਰੀਬਨ ਥੋੜ੍ਹੀ ਜਿਹੀ ਤੰਗੀ ਜਿਹੀ ਆ ਰਹੀ ਆ। ਇਹ ਤਾਂ ਸਾਡੇ ਵਰਲਡ ਵਾਈਡ 1500-1600 ਮੈਂਬਰ ਨੇ ਸੋਸਾਇਟੀ ਦੇ, ਦੂਰ ਨੇੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਮੈਂਬਰ ਨੇ, ਇਹ ਜ਼ਰੂਰੀ ਨਹੀਂ ਵੀ UK ਦੇ ਹੀ ਮੈਂਬਰ ਨੇ, ਤਾਂ ਉਹ ਸਾਰਿਆਂ ਨੂੰ ਅਸੀਂ ਚਿੱਠੀਆਂ ਪਾਈਆਂ ਨੇ, ਅਤੇ ਸਾਨੂੰ ਬੜਾ ਹੰਕਾਰਾ ਭਰਵਾਂ ਮਿਲਿਆ, ਲੋਕ ਅਕਾਊਂਟ ਨੰਬਰ 'ਚ ਵੀ ਉੱਥੋਂ ਪੈਸੇ ਪਾ ਦਿੰਦੇ ਵੀ ਬੜਾ ਚੰਗਾ ਕੰਮ ਕਰ ਰਹੇ। ਜਿਹੜੇ ਬੰਦੇ ਤਾਂ ਸੁਸਾਇਟੀ ਨਾਲ ਜੁੜੇ ਹੋਏ ਨੇ ਉਹ ਤਾਂ ਸਾਰੇ ਸ਼ਲਾਘਾ ਕਰਦੇ, ਕਈ ਬੰਦੇ ਨਵੇਂ ਨੇ ਜਿਹਨਾਂ ਨੂੰ ਇਹਦੇ ਬਾਰੇ ਪਤਾ ਨਹੀਂ, ਜਿਵੇਂ ਤੁਹਾਨੂੰ ਦੱਸਿਆ ਹਾਂਜੀ। ਅਤੇ ਬਿਲਕੁਲ ਹੁਣ ਸਾਰੇ ਨਵੇਂ ਬੰਦਿਆਂ ਨੂੰ ਅਕਾਲ ਚੈਨਲ ਦੇ ਥਰੂ ਇਹ ਜ਼ਰੂਰ ਪਤਾ ਲੱਗੇਗਾ ਕਿ ਸਿੱਖ ਮਿਸ਼ਨਰੀ ਸੁਸਾਇਟੀ ਜਿਹੜੀ ਹੈ ਉਹਨਾਂ ਦਾ ਮੰਤਵ ਕੀ ਹੈ, ਉਹ ਕਿਹੜੇ ਕਾਰਜ ਕਰ ਰਹੇ ਨੇ, ਅਤੇ ਜੇ ਅਸੀਂ ਇਸ ਗੱਲ ਤੋਂ ਫਿਕਰਮੰਦ ਹਾਂ ਕਿ ਅਸੀਂ ਆਪਣੀ ਨਵੀਂ ਪਨੀਰੀ ਨੂੰ ਬਚਾਉਣਾ ਹੈ, ਸਾਡੇ ਬੱਚੇ ਜਿਹੜੇ ਨੇ ਉਹਨਾਂ ਨੂੰ ਅਸੀਂ ਸਿੱਖੀ ਨਾਲ ਜੋੜੀਏ, ਉਹਨਾਂ ਨੂੰ ਪੰਜਾਬੀ ਨਾਲ ਜੋੜੀਏ, ਤਾਂ ਉਹ ਜਿਹੜੇ ਲੋਕ ਨੇ, ਉਹ ਜਿਹੜੇ ਮਾਪੇ ਨੇ, ਉਹ ਜ਼ਰੂਰ ਅੱਗੇ ਆਉਣ, ਆ ਕੇ ਤੁਹਾਡੀ ਮਦਦ ਕਰਨ। ਮੈਂ ਇੱਥੇ ਜ਼ਰੂਰ ਇਸ ਚੀਜ਼ ਵਾਸਤੇ ਉਹਨਾਂ ਨੂੰ ਰਿਕੁਐਸਟ ਕਰਾਂਗੀ, ਅਤੇ ਤੁਸੀਂ ਵੀ ਥੋੜ੍ਹਾ ਹੋਰ ਸਾਰੀਆਂ ਸੰਗਤਾਂ ਨੂੰ ਜਿਹੜੇ ਆਪਣਾ ਸੁਨੇਹਾ ਦੇ ਸਕਦੇ ਹੋ। ਹਾਂਜੀ ਹਾਂਜੀ, ਸਾਡੀ ਇਹ ਬੇਨਤੀ ਹੈਗੀ ਕਿ ਜਿਹੜੇ ਅਸੀਂ ਕੰਮ ਸ਼ੁਰੂ ਕੀਤਾ ਹੈਗਾ, ਇਹਦੇ ਵਾਸਤੇ ਵੱਧ ਚੜ੍ਹ ਕੇ ਹਿੱਸਾ ਪਾਉਣ ਸਾਰੇ, ਸਾਨੂੰ ਸਹਿਯੋਗ ਦੇਣ ਤਾਂ ਕਿ ਜੇ ਬਿਲਡਿੰਗ ਸਾਡੀ ਤਿਆਰ ਹੋ ਜਾਏ, ਔਰ ਜੋ ਸਾਡੇ ਪ੍ਰੋਗਰਾਮ ਹੈਗੇ ਬੱਚਿਆਂ ਵਾਸਤੇ ਜਾਂ ਹੋਰ ਗਰਾਊਂਡਾਂ ਵਾਸਤੇ ਅਸੀਂ ਉਹ ਵੱਧ ਚੜ੍ਹ ਕੇ ਕਰ ਸਕੀਏ। ਇਹਦੇ ਲਈ ਮਾਇਆ ਦੀ ਤਾਂ ਬੜੀ ਵੱਡੀ ਲੋੜ ਹੁੰਦੀ ਹੈ, ਅਤੇ ਮਾਇਆ ਦਾ ਸਿੱਖਾਂ ਵਾਸਤੇ ਕੋਈ ਘਾਟਾ ਨਹੀਂ ਹੈ, ਦਾਨੀਆਂ ਦਾ ਬਹੁਤ ਦਾਨੀ ਨੇ, ਪਰ ਆਹ ਕੋਵਿਡ-19 ਕਰਕੇ ਸਾਰਿਆਂ ਦੇ ਪਾਸੇ ਨਾ ਜੀ ਹਾਲਾਤ ਥੋੜ੍ਹੇ ਜਿਹੇ ਠੰਡੇ ਪਏ ਹੋਏ, ਕਿਉਂਕਿ ਇੱਕ ਮਤਲਬ ਉਹਦੇ ਵਿੱਚ ਵੀ ਦੇਖੋ ਜੀ ਕੋਵਿਡ-19 ਦੇ ਵਿੱਚ ਵੀ ਜੋ ਸਿੱਖ ਸੰਗਤਾਂ ਨੇ ਸਾਰੀ ਦੁਨੀਆਂ ਦੇ ਵਿੱਚ ਆਪਣਾ ਯੋਗਦਾਨ ਪਾਇਆ, ਉਹਦੇ ਰੈਕੋਗਨੇਸ਼ਨ ਗੋਰਿਆਂ ਨੇ ਵੀ ਕੀਤੀ ਹੈ, ਬਹੁਤ ਲੰਗਰ ਲਗਾ ਦਿੱਤੇ ਨੇ ਕਿਤੇ ਸਾਰੇ ਪਾਸੇ ਜਾ ਕੇ, ਤੇ ਜੇ ਉਹ ਕਿਸੇ ਵਾਸਤੇ ਕਰ ਸਕਦੇ ਨੇ, ਉਹਨਾਂ ਕੰਟਰੀਜ਼ ਦੇ ਵਿੱਚ ਵੀ ਪਹੁੰਚ ਸਕਦੇ ਨੇ ਜਿਨ੍ਹਾਂ ਦੀ ਜ਼ੁਬਾਨ ਨਹੀਂ ਸਮਝਦੀ, ਕਿੱਥੇ ਹੜ੍ਹ ਆਵੇ, ਕਿਤੇ ਸੁਨਾਮੀ ਆਵੇ, ਕਿਤੇ ਭੁਚਾਲ ਆਵੇ, ਸਾਡੀ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਸਭ ਤੋਂ ਪਹਿਲਾਂ ਜਾ ਕੇ ਦੂਸਰੀਆਂ ਵਾਸਤੇ ਖੜ੍ਹੇ ਹੁੰਦੇ ਨੇ। ਵੈਸੇ ਤਾਂ ਸਾਰੇ ਹਿਊਮਨ ਬੀਇੰਗ ਅਸੀਂ ਸਾਰੇ ਇੱਕੋ ਹੀ ਜੋਤ ਦੀ ਮਤਲਬ ਹੈਗੇ ਹਾਂ, ਵਿੱਚੋਂ ਨਿਕਲੇ ਹਾਂ, ਅਤੇ ਆਪਣੇ ਵਾਸਤੇ ਨਾ ਕਰਾਂਗੇ ਅਸੀਂ, ਜੇ ਅਸੀਂ ਦੂਸਰਿਆਂ ਵਾਸਤੇ ਕਰ ਰਹੇ ਹਾਂ, ਅਤੇ ਆਪਣੀ ਜਿਹੜਾ ਇੱਕ ਸਿੱਖੀ ਸਿਧਾਂਤ ਹੈ ਜਿਹੜਾ ਸਾਨੂੰ ਸਾਰੀ ਦੁਨੀਆਂ ਨੂੰ ਕਹਿੰਦੇ ਨੇ ਵੀ ਅਸੀਂ ਸਾਰੇ ਇੱਕੋ ਇਨਸਾਨ ਹੈਗੇ ਹਾਂ, ਇੱਕੋ ਜੋਤ ਦੇ ਸਰੂਪ, ਮਾਨਸਿਕ ਜਾਤ ਸਭੇ ਇੱਕ ਪਹਿਚਾਨ ਹੋ, ਅਤੇ ਉਹ ਆਪਾਂ ਆਪਣੇ ਸਿਧਾਂਤ ਨੂੰ ਜਿਉਂਦਾ ਰੱਖਣ ਵਾਸਤੇ, ਤਾਂ ਜੋ ਜਿਹੜਾ ਸਿੱਖ ਅੱਜ ਕਾਰਜ ਕਰ ਰਹੇ ਨੇ, ਸਾਡੀ ਆਉਣ ਵਾਲੀ ਪਨੀਰੀ ਵੀ ਉਸੇ ਹੀ ਗੁਰੂਆਂ ਦੇ ਸਿਧਾਂਤ 'ਤੇ ਚੱਲ ਕੇ
दुनिया के नाम जपो किरत करो वंड छको का मैसेज दे सकन ते की असी अपने वास्ते नहीं करांगे। बिल्कुल करांगे। सिख धर्म जो है दुनिया का नवा धर्म हैगा, पांचवा बड़ा धर्म हैगा, ये सारे एकता ने सारे स्नेह दिता है, इस करके ये मॉडर्न और साइंटिफिक धर्म है, इस करके प्रचार करना। सिख मिशन सोसायटी जो है सारे यूरोप की कुछ सोसायटी जो प्रचार करती है और फ्री किताबा बन दें, कॉलेजों में स्टूडेंट आते हैं, स्कूलों स्टूडेंट आते हैं, यूरोप चो संगत आनिया हैं, अमेरिका ताई भी इतने इतने आते जे फ्री किताबा नहीं आदि साढ़े को। सो सारे ये काम सिख मिशन कर रही है। प्रोग्राम के अंत के गुरबचन सिंह अटवाल जी थोड़ा ते सरदार हरचरण सिंह टांग जी तुहाडा जो कि जनरल सैकटरी हो तुसी खजानची हो, मैं तुहाडा बहुत बहुत धन्यवाद करती हाँ कि तुसी स्टूडियो दे विच आए हो, आके सानू जानकारी दित्ती है, तुहाडा धन्यवाद। ते इत्थे मैं संगतां नू एक बार फिर दरख्वास्त करांगी कि जे असी ये चाहुंदे हाँ कि सिक्खी कायम रवे, जे असी ये चाहुंदे हाँ कि गुरुआं दा सिद्धांत कायम रवे, जे असी ये चाहुंदे हाँ कि असी इसे तरह ही सारी दुनिया दे विच अपना नाम इसे तरह ही होर बढ़ाईए तो सानू अपने बच्चों नू एजुकेट करना पवेगा, तो सानू सिख मिशनरी सोसाइटी की मदद दे वास्ते जरूर अगे आना चाहिदा है। मैं तुहानू सारयां नू अपील करदी हाँ कि सिख मिशनरी सोसाइटी की मदद करो ता जो ये अपनी जिहड़ी बिल्डिंग है उसनू कंप्लीट कर सकन। इन्हां दी जिहड़ी जानकारी है तुसी ऑनलाइन जाके जे सिख मिशनरी सोसाइटी साउथहॉल भरोगे तो तुहानू इन्हां दीआं सारियां डिटेल्स मिल जाणगीआं। इन्हां ही शब्दां दे नाल तुहाडे तों इजाजत मंगदी हां ते फतेह दी सांझ पाउंदे हां जी। वाहिगुरु जी का खालसा, वाहिगुरु जी की फतेह।